लो जी, जिहड़ा पहला सतलुज दरिया ने काफ़ी दिन पहला भी ਤੁਸੀਂ ਬੰਨ ਦੇ ਇੱਧਰਲੀ ਸਾਈਡ ਬਹੁਤ ਜ਼ਿਆਦਾ ਪਾਣੀ ਆਇਆ ਸੀਗਾ, ਕਾਫੀ ਬਹੁਤ ਜ਼ਿਆਦਾ ਫਸਲਾਂ ਦਾ ਨੁਕਸਾਨ ਹੋ ਗਿਆ ਸੀਗਾ। ਪੱਠਾ ਨੀਰਾ ਜੋ ਤੂੜੀ ਦੰਦ ਜਿੱਥੋਂ ਕਿ ਲੈ ਕੇ ਸ਼ੇਰੇ ਵਾਲਾ ਦੌਲੇ ਵਾਲਾ ਭੈਣੀ ਮੰਦਰ ਕਲਾਂ ਕਬੋਕਲਾਂ ਕਬੋ ਖੁਰਦ ਕੌਡੀ ਵਾਲਾ ਮੇਲ ਕਕੰਗਾਂ ਮਦਾਰਪੁਰ ਸਗੇੜਾ ਇੱਥੋਂ ਤੱਕ ਬਹੁਤ ਜ਼ਿਆਦਾ ਮਾਰ ਕੀਤੀ। ਪਿੰਡਾਂ ਦੀਆਂ ਜਿਹੜੀਆਂ ਫਸਲਾਂ ਵੀ ਤਕਰੀਬਨ ਉਹ ਸਤਲੁਜ ਦਰਿਆ ਦੇ ਵਿੱਚ ਹੀ ਸੀ ਤੇ ਬਿਲਕੁਲ ਇੱਕ ਵੀ ਉੱਥੇ ਪੱਠਾ ਵੀ ਨਹੀਂ ਰਿਹਾ, ਕੋਈ ਉੱਥੇ ਨਾਮੋ ਨਿਸ਼ਾਨ ਵੀ ਨਹੀਂ ਛੱਡਿਆ। ਵੀ ਫਸਲਾਂ ਵੀ ਬਿਲਕੁਲ ਬਰਬਾਦ ਕਰ ਦਿੱਤੀਆਂ ਅਤੇ ਜਿਹੜੀਆਂ ਜ਼ਮੀਨਾਂ ਸੀ ਉਹ ਵੀ ਉਥਲ ਪੁਥਲ ਕਰ ਦਿੱਤੀਆਂ। ਅਤੇ ਅੱਜ ਫਿਰ ਦੁਬਾਰਾ ਜਿਹੜਾ ਹੁਣ ਪਾਣੀ ਬਹੁਤ ਕਾਫੀ ਜ਼ਿਆਦਾ ਵਗ ਰਿਹਾ, ਆਹ ਦੇਖ ਸਕਦੇ ਹੋ ਤੁਸੀਂ, ਤਕਰੀਬਨ ਸਾਰੇ ਪਾਣੀ ਇਹ ਫਿਰ ਚੁੱਕਾ ਵਾ। ਅਤੇ ਇੱਕ ਬੇਨਤੀ ਆ ਵੀ ਆ ਪਿੰਡ ਵਾਲਿਆਂ ਵੱਲੋਂ ਵੀ ਲਾਗੇ ਲਾਗੇ ਜਿਹੜੇ ਹੈਗੇ ਆ ਵੀ ਇਹ ਪਾਣੀ ਆ ਜਿਹੜਾ ਇੱਕੇ ਵਾਰੀ ਛੱਡਿਆ ਜਾਵੇ, ਰੋਜ਼ ਰੋਜ਼ ਮਾਰਨ ਨਾਲੋਂ ਇੱਕੇ ਵਾਰੀ ਇਹਨੂੰ ਛੱਡ ਕੇ ਇੱਕ ਵਾਰੀ ਭਾਖੜਾ ਡੈਮ ਨੂੰ ਦਾਦਾ ਜਿਹੜਾ ਪੱਧਰ ਆ ਉਹਨੂੰ ਆਪਦੇ ਸਥਿਰ ਕਰ ਲਿਆ ਜਾਵੇ। ਅਤੇ ਆਪਾਂ ਪਿੰਡ ਵਾਸੀਆਂ ਦੇ ਕੁਝ ਵਿਊਜ਼ ਦੇਖਦੇ ਹਾਂ, ਉਹਨਾਂ ਦੀ ਗੱਲਬਾਤ ਕਰਦੇ ਹਾਂ। ਹਾਂਜੀ, ਅੱਜ ਦੁਬਾਰਾ ਫਿਰ ਪਾਣੀ ਆ ਗਿਆ, ਇਹਦੇ ਬਾਰੇ ਤੁਸੀਂ ਕੋਈ ਪੱਠਾ ਨੀਰਾ ਕੋਈ ਬੀਜਿਆ ਸੀਗਾ ਇੱਧਰ, ਹੁਣ ਦੁਬਾਰਾ ਕਿਵੇਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਜੀ, ਪੱਠਾ ਟੱਕਾ ਜਿਹੜਾ ਪਹਿਲਾਂ ਬੀਜਿਆ ਸੀ, ਹਾਂਜੀ, ਸਾਰਾ ਖਤਮ ਹੋ ਗਿਆ। ਹਾਂਜੀ, ਅਸੀਂ ਪ੍ਰਸ਼ਾਸਨ ਅੱਗੇ ਇਹ ਬੇਨਤੀ ਕਰਦੇ ਹਾਂ, ਹਾਂਜੀ, ਵੀ ਜਿਹੜਾ ਪਾਣੀ ਹੁਣ ਜਿੰਨਾ ਪਾਣੀ ਦੀ ਆਪਾਂ ਨੂੰ ਉੱਥੇ ਲੋੜ ਆ, ਹਾਂਜੀ, ਉਹਨਾਂ ਆਪਦੇ ਕੋਲੇ ਰੱਖ ਕੇ ਦੂਸਰਾ ਪਾਣੀ 2-4 ਦਿਨ ਵਾਸਤੇ ਛੱਡ ਦੇਣ, ਜਿਹੜਾ ਨੁਕਸਾਨ ਹੋਣਾ ਸਾਡਾ ਹੋਇਆ, ਜਿਹੜੀ ਅੱਗੇ ਕੋਈ ਟਾਈਮ ਆਉਣ ਵਾਲਾ ਵਾ ਜਾਂ ਅਸੀਂ ਕੋਈ ਪੱਠਾ ਬੀਜਣਾ ਜਾਂ ਅਸੀਂ ਕੋਈ ਬਾਸਮਤੀ ਲਾਉਣੀ ਆ, ਅਸੀਂ ਉਹ ਲਾ ਸਕੀਏ। ਇਹਨਾਂ ਦੀ ਬੇਨਤੀਆਂ ਮਨਜ਼ੂਰ ਕਰੋ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਸੋ ਇਹਨਾਂ ਦੀ ਬੇਨਤੀ ਆ BBMB ਨੂੰ, ਭਾਖੜਾ ਮੈਨੇਜਮੈਂਟ ਬੋਰਡ ਨੂੰ ਜਾਂ ਸੈਂਟਰ ਸਰਕਾਰ ਨੂੰ ਕਿ ਜਿਹੜਾ ਤੁਸੀਂ ਪਾਣੀ ਛੱਡਣਾ, ਇੱਕ ਵਾਰੀ ਇਹਨੂੰ ਛੱਡ ਕੇ ਜਿਵੇਂ ਮੰਨ ਲਓ ਕਿ 1680 ਦੀ ਸਮਰੱਥਾ ਇਹਦੀ, 1640-47 ਜਿੰਨਾ ਵੀ ਹੋ ਗਿਆ, ਅਤੇ ਇਹਨੂੰ ਉਸ ਹਿਸਾਬ ਨਾਲ ਆਪਦਾ ਉੱਥੇ ਲੈਵਲ 'ਤੇ ਕਰ ਲਿਆ ਜਾਵੇ। ਇੱਕ ਵਾਰੀ ਪਾਣੀ ਇਹਦੇ ਵਿੱਚ ਜੀ ਛੱਡ ਲਿਆ ਜਾਵੇ, ਅਤੇ ਅਸੀਂ ਬਾਅਦ ਦੇ ਵਿੱਚ ਇਹਨਾਂ ਦਾ ਕਹਿਣਾ ਪਿੰਡ ਵਾਸੀਆਂ ਦਾ, ਅਸੀਂ ਬਾਅਦ ਦੇ ਵਿੱਚ ਕੋਈ ਇੱਥੇ ਪੱਠਾ ਨੀਰਾ ਕੁਛ ਬੀਜ ਸਕਦੇ ਹਾਂ ਕੋਈ, ਜਾਂ ਹਜੇ ਸਾਡੇ ਕੋਲ ਬਾਸਮਤੀ ਕੁਝ ਬੀਜਣ ਨੂੰ, ਜੇ ਕੁਛ ਹੋਇਆ ਤਾਂ ਹੋ ਵੀ ਸਕਦਾ, ਨਹੀਂ ਵੀ ਜੇ ਇਹਨੇ ਦੇਣਾ ਤਾਂ ਵੀ। ਤਾਂ ਇਹ ਇੱਕ ਬੇਨਤੀ ਹੈ ਇਹਨਾਂ ਦੀ, ਪ੍ਰਾਰਥਨਾ ਵੀ ਕਿਰਪਾ ਕਰਕੇ ਹੁਣ ਪਾਣੀ ਜਿਹੜਾ ਛੱਡਣਾ ਛੱਡ ਲਿਆ ਜਾਵੇ ਇੱਕ ਵਾਰੀ, ਕਿਉਂਕਿ ਸਾਡੀਆਂ ਫਸਲਾਂ ਬਰਬਾਦ ਹੋ ਚੁੱਕੀਆਂ। ਕੋਈ ਪੱਠਾ ਨਹੀਂ, ਕੋਈ ਨੀਰਾ ਨਹੀਂ, ਅਸੀਂ ਬਾਅਦ ਦੇ ਵਿੱਚ ਆਪਦੇ ਪਸ਼ੂਆਂ ਵਾਸਤੇ ਕੋਈ ਹਰਾ ਚਾਰਾ ਹੀ ਬੀਜ ਲਵਾਂਗੇ। ਕਿੰਨਾ ਕੁ ਚਿਰ ਅਸੀਂ ਦੇਖਦੇ ਰਹਾਂਗੇ ਸਾਨੂੰ ਇੱਧਰੋਂ ਪੱਠੇ ਆਉਣਗੇ ਜਾਂ ਇੱਧਰੋਂ ਕੁਛ ਆਵੇਗਾ। ਸੋ ਇਹ ਬੇਨਤੀ ਹੈ ਇਹਨਾਂ ਦੀ, ਕਿਰਪਾ ਕਰਕੇ ਬੇਨਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਵਾਰੀ ਜੇ ਛੱਡਣਾ ਤਾਂ ਛੱਡ ਲਿਆ ਜਾਵੇ ਪਾਣੀ ਇਹਦੇ ਵਿੱਚ। ਬਹੁਤ ਬਹੁਤ ਧੰਨਵਾਦ ਪਿੰਡ ਵਾਸੀਆਂ ਦਾ।